ਭਾਈ ਸਾਰੇ ਅੱਜ ਆਪਣਾ 14ਵਾਂ ਵਲੌਗ ਅਤੇ ਹੁਣੇ ਹੁਣੇ ਮੈਂ ਸੌਂ ਕੇ ਉੱਠਿਆ ਅਤੇ ਮੈਂ ਤਾਂ ਤੁਹਾਨੂੰ ਫਰਗਾ ਹੈ ਜੀ ਅਤੇ ਕੱਲ੍ਹ ਵਾਲੀ ਈਵੈਂਟ 'ਚ ਤੁਹਾਨੂੰ ਪਤਾ ਹੈ ਕਿਵੇਂ ਅਤੇ ਉਹ 'ਚ ਪਾਰਟੀਸਪੇਟ ਜ਼ਰੂਰ ਕਰਨਾ। ਅਤੇ ਹੁਣ ਬਈ ਆਪਾਂ ਬਣਾ ਰਹੇ ਹਾਂ ਮੱਖਣੀ। ਕੋਈ ਨਾ ਬੋਲ ਪੁਆਇੰਟ ਨਹੀਂ ਲੱਸੀ ਵਿੱਚੋਂ ਇਹਦਾ ਬਾਅਦ 'ਚੋਂ ਵਾਇਸ ਓਵਰ ਕਰ ਦਿੰਦਾ ਤਾਂ ਜੀ ਕੱਢ ਰਹੇ ਨੇ ਮੱਖਣੀ बहुत ज्यादा कितनी बढ़िया बनी मखनी क्या बन गई इतनी सारी लस्सी पीने खाने भी आलू वाली सब्जी दही खा के मिलते फिर ਅਤੇ ਹੁਣ ਆਪਾਂ ਖਾਂਦੇ ਹਾਂ ਬਿਸਕੁਟ। ਤੁਹਾਨੂੰ ਲੱਗ ਰਿਹਾ ਹੋਊਗਾ ਜਿਵੇਂ ਮੈਂ ਰੋਟੀ ਖਾਣ ਸਾਰੀ ਬਿਸਕੁਟ ਖਾ ਲਏ, ਪਰ ਇਹ ਮੈਂ ਦੁਪਹਿਰੇ ਖਾ ਰਿਹਾ ਹੈਗਾ, ਮੈਂ ਵਲੌਗ ਵਾਲਾ ਨਹੀਂ ਬਣਾ ਸਕਿਆ ਹੈਗਾ। ਅਤੇ ਬਈ ਹੁਣ ਆਪਾਂ ਬਣਾਉਂਦੇ ਹਾਂ ਆਮਲੇਟ। ਆਮਲੇਟ ਬਣਾ ਕੇ ਤੁਹਾਨੂੰ ਮਿਲਦੇ ਹਾਂ, ਦੇਖੋ ਬਣਾਓ। ਬਾਈ ਆਪਾਂ ਦੇਖ ਰਹੇ ਸੀ ਟੀਵੀ ਆਮਲੇਟ ਖਾ ਕੇ, ਤੇ ਅੱਜ ਮਣੀ ਨੂੰ ਵੀ ਮਿਲਾਂਗੇ। ਤੇ ਟੀਵੀ ਤਾਂ ਟੀਵੀ ਤੁਹਾਨੂੰ ਨਹੀਂ ਸ਼ੋ ਕਰੂੰਗਾ, ਤੇ ਆਵਾਜ਼ ਸੁਣ ਲਓ ਉਹਦੀ। ਅਤੇ ਕਿਉਂਕਿ ਅਗਲੇ ਪਹਿਲਾਂ ਮੈਂ ਦੋ ਤਿੰਨ ਵੀਡੀਓ 'ਚ ਦਿਖਾਤਾ ਸੀ, ਅਤੇ ਉਹ ਬ੍ਰੈਂਡ ਕਰਕੇ ਉਹਦਾ ਹੈ ਨਾ ਜਿਹੜਾ ਉਹ 'ਤੇ ਕਾਪੀਰਾਈਟ ਵੱਜ ਗਿਆ ਸੀਗਾ 3-4 ਵਲੌਗਾਂ ਦੇ ਮੇਰੇ 'ਤੇ। ਇਸ ਲਈ ਹੁਣ ਮੈਂ ਸ਼ੋਅ ਨਹੀਂ ਕਰਿਆ ਕਰੂੰਗਾ ਕਿਸੇ ਵੀ ਬ੍ਰੈਂਡ ਦਾ। ਤਾਂ ਮਿਲਦੇ ਫਿਰ ਮਣੀ ਕੋਲ ਆ ਜਾਂਦੇ ਹਾਂ। ਦੇਖੋ ਬਾਈ ਮੇਰੀ ਵੀਡੀਓ ਨਹੀਂ ਬਣਾ ਸਕਿਆ, ਅਤੇ ਆਪਾਂ ਰਿਮ ਪਾ ਲਏ ਆ ਇਹਦੇ ਟਾਇਰਾਂ 'ਚ, ਅਤੇ ਇਹਨਾਂ 'ਚ ਪੇਂਟ ਕਰਨ ਆ ਰਿਹਾ ਗਿਆ। ਦੇਖੋ ਮਣੀ ਸਿੰਘ ਪਹਚਾਣ ਰਹੀ ਆ ਆਈ ਡੀ ਉਹਦੀ, ਮਣੀ ਸਿੰਘ 73 53 53 53। ਤੇ ਇਹਨਾਂ ਨੂੰ ਜਾਂਦਾ ਅੱਜ ਸ਼ਾਊਟ ਆਊਟ ਬਾਈ। ਕੰਗਰੈਚੁਲੇਸ਼ਨਸ, ਇਹ ਉਹੀ ਮਣੀ ਹੈ ਜਿਹੜਾ ਆਪਣੇ ਨਾਲ ਵੀ ਹੁੰਦਾ ਹੈਗਾ, ਅਤੇ ਇਹਨਾਂ ਨੂੰ ਕੰਗਰੈਚੁਲੇਸ਼ਨ ਅੱਜ ਸ਼ਾਊਟ ਆਊਟ ਇਹਨਾਂ ਨੂੰ ਮਿਲਿਆ, ਅਤੇ ਅੱਗੇ ਤੋਂ ਵੀ ਇਹਨਾਂ ਨੇ ਕਮੈਂਟ ਕਰ ਦਿੰਦਾ, ਅਤੇ ਤਾਂ ਕਿ ਤੁਹਾਨੂੰ ਅੱਗੇ ਵੀ ਸ਼ਾਊਟ ਆਊਟ ਮਿਲ ਸਕੇ। ਦਾਦੀ ਵਰਗੇ ਤਾਂ ਰੋਟੀ ਖਾਈ ਜਾਂਦੇ ਆ, ਅਤੇ ਮੈਂ ਬੈਠਾ ਸੀ ਇੱਥੇ, ਅਤੇ ਜਦੋਂ ਆ ਕੇ ਦਾਦਾ ਦਾਦੀ ਨੇ ਉਸਨੂੰ ਅੱਜ ਮਿਲਾਵਾਂਗੇ।
ਤੇ ਹੁਣ ਆਪਾਂ ਖਾਣੇ ਆ 버ਗਰ ਬਈ ਤੇ ਅੱਜ ਰੌਬਲੌਕਸ ਨੂੰ ਕਿਵੇਂ ਲੱਗਿਆ ਕਮੈਂਟ ਵਿੱਚ ਜ਼ਰੂਰ ਦੱਸਿਓ ਬਾਈ ਤੇ ਮੈਂ ਦੱਸੂੰਗਾ ਫਿਰ ਅਗਲੇ ਵਲੌਗ 'ਚ ਥੈਂਕ ਯੂ ਫੋਰ ਵਲੌਗ ਵਾਚਿੰਗ ਬਾਏ ਸਤਿ ਸ਼੍ਰੀ ਅਕਾਲ ਅੱਜ ਤੋਂ ਬਾਅਦ ਬਾਏ ਨਹੀਂ ਅੱਜ ਤੋਂ ਬਾਅਦ ਸਤਿ ਸ਼੍ਰੀ ਅਕਾਲ ਬਾਈ ਸਾਨੂੰ ਅੱਜ ਦਾ ਵਲੌਗ ਕਿਵੇਂ ਲੱਗਿਆ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਅਤੇ ਈਵੈਂਟ 'ਚ ਪਾਰਟੀਸਪੇਟ ਜ਼ਰੂਰ ਕਰਨਾ ਅਤੇ ਮੈਂ ਦੱਸ ਰਿਹਾ ਅਗਲੇ ਵਲੌਗ 'ਚ Thank you for watching. Such a call. Bye.